ਕੀ ਹੁੰਦਾ ਹੈ ਜਦੋਂ ਅਸੀਂ ਨਵੀਂ ਨਵੀਂ ਰਿਲੇਸ਼ਨਸ਼ਿਪ ਦੇ ਵਿੱਚ ਜਾਂਦੇ ਹਾਂ, ਬਹੁਤ ਪਿਆਰ ਹੁੰਦਾ ਹੈ, ਇੱਕ ਦੂਰੇ ਨਾਲ ਟਾਈਮ ਸਪੈਂਡ ਕਰਨ ਲਈ ਬਹੁਤ ਕਰੇਵਿੰਗ ਹੁੰਦੀ ਹੈ, ਹੌਲੀ ਹੌਲੀ ਕੀ ਹੁੰਦਾ ਹੈ ਉਹ ਥੋੜ੍ਹਾ ਜਿਹਾ ਲਾਈਟ ਹੋ ਜਾਂਦਾ ਹੈ, ਘੱਟ ਜਾਂਦਾ ਹੈ, ਸਪਾਰਕ ਜਾਣਾ ਸ਼ੁਰੂ ਹੋ ਜਾਂਦਾ ਹੈ, ਆਰਗੂਮੈਂਟ ਸ਼ੁਰੂ ਹੋ ਜਾਂਦੇ ਹਨ, ਡਿਸਐਗਰੀਮੈਂਟ ਸ਼ੁਰੂ ਹੋ ਜਾਂਦੇ ਹਨ। ਅਤੇ ਦੂਸਰਾ ਕੀ ਹੁੰਦਾ ਹੈ, ਅਸੀਂ ਇੱਕ ਦੂਜੇ ਨੂੰ ਬਹੁਤ ਹੀ ਚੁਬਮੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ ਹਾਂ, ਇਗਨੋਰੈਂਸ ਆ ਜਾਂਦੀ ਹੈ। ਅਤੇ ਜਦੋਂ ਉਹ ਰਿਲੇਸ਼ਨਸ਼ਿਪ ਆਪਾਂ ਉਸਨੂੰ ਬ੍ਰੇਕਅਪ ਕਰ ਲੈਂਦੇ ਹਨ, ਫਿਰ ਬ੍ਰੇਕਅਪ ਹੋ ਜਾਂਦਾ ਹੈ, ਫਿਰ ਇੱਕ ਵੀਕ ਬਾਅਦ, 2 weeks ਬਾਅਦ ਤੁਸੀਂ ਰਿਲਾਈਜ਼ ਕਰਦੇ ਹਾਂ ਕਿ ਉਹ ਪਰਸਨ ਮੇਰੇ ਲਈ ਕਿੰਨਾ ਇੰਪੋਰਟੈਂਟ ਸੀ। ਤੁਸੀਂ ਵਾਪਸ ਉਸ ਪਰਸਨ ਕੋਲ ਆਉਂਦੇ ਹਾਂ, ਤੁਸੀਂ ਸੋਰੀ ਮੰਗਦੇ ਹਾਂ, ਸਾਰੀਆਂ ਗਲਤੀਆਂ ਲਈ ਮਾਫ਼ੀ ਮੰਗਦੇ ਹਾਂ ਕਿ ਇਹ ਰਿਪੀਟ ਦੁਬਾਰਾ ਨਹੀਂ ਹੋਣਗੀਆਂ। ਪਰ ਕੀ ਹੁੰਦਾ ਹੈ, ਆਫਟਰ 2 weeks ਔਰ ਆਫਟਰ 2 months ਤੁਸੀਂ ਫਿਰ ਉਹ ਆਪਣੇ ਪੁਰਾਣੇ ਫਿਦਰਤ ਔਰ ਐਟੀਟਿਊਡ ਦੇ ਵਿੱਚ ਆ ਜਾਂਦੇ ਹਾਂ। ਤੁਹਾਨੂੰ ਕੀ ਕਰਨਾ ਚਾਹੀਦਾ ਕਿ ਜੇ ਪਰਸਨ ਇਸ ਤਰ੍ਹਾਂ ਬਾਰ ਬਾਰ ਤੁਹਾਡੇ ਨਾਲ ਕਰ ਰਿਹਾ ਹੈ, ਕੀ ਕਰਨਾ ਚਾਹੀਦਾ ਹੈ? ਕਿਉਂਕਿ ਡੀਪ ਸਟਰਕਚਰ ਦੇ ਵਿੱਚ ਉਹ ਚੇਂਜ ਨਹੀਂ ਹੋ ਰਿਹਾ, ਸਿਰਫ ਉੱਪਰਲੀ ਲੇਅਰ 'ਤੇ ਉਹ ਚੇਂਜ ਹੋ ਰਿਹਾ ਹੈ। ਆਰਗੂਮੈਂਟ ਹੁੰਦਾ ਹੈ, ਮਾਫ਼ੀ ਮੰਗ ਲੈਂਦਾ ਹੈ, ਤੁਸੀਂ ਵਾਪਸ ਵੀ ਉਸਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆ ਜਾਂਦੇ ਹਾਂ। ਤੁਹਾਨੂੰ ਕੀ ਲੱਗਦਾ ਹੈ, ਜੇਕਰ ਇਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਹੈ, ਕੀ ਕਰਨਾ ਚਾਹੀਦਾ? ਆਪਣੀ ਸੁਜੈਸ਼ਨਸ ਮੇਰੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮੱਚ।